ਹੈਲੋ ਸਟੂਡੈਂਟਸ, ਕੀ ਹਾਲ ਨੇ ਸਾਰਿਆਂ ਦੇ? ਆਪਾਂ ਲਾਸਟ ਸੈਸ਼ਨ ਦੇ ਵਿੱਚ ਔਨਲਾਈਨ ਬਲੌਗਸ ਬਾਰੇ ਪੜ੍ਹਿਆ ਸੀ ਅਤੇ ਅੱਜ ਆਪਾਂ ਔਫਲਾਈਨ ਬਲੌਗਸ ਬਾਰੇ ਗੱਲ ਕਰਾਂਗੇ। ਠੀਕ ਹੈ, ਅਤੇ ਅੱਜ ਮੈਂ ਸੋਚਿਆ ਚਲੋ ਤੁਹਾਡੇ ਨਾਲ ਥੋੜ੍ਹੀ ਜਿਹੀ ਇੰਟਰੈਕਸ਼ਨ ਵੀ ਕਰ ਲੈਂਦੀ ਹਾਂ, ਇਸ ਕਰਕੇ ਮੈਂ ਸੋਚਿਆ ਚਲੋ ਮੈਂ ਆਪਣਾ ਵੈਬਕੈਮ ਔਨ ਕਰ ਲਾਂ। ਤਾਂ ਔਨਲਾਈਨ ਬਲੌਗ ਅਤੇ ਔਫਲਾਈਨ ਬਲੌਗ ਹੈਗੇ ਤਾਂ ਸਿਮਿਲਰ ਨੇ, ਬਸ ਫਰਕ ਇਹੀ ਹੈ ਕਿ ਸਾਡੇ ਕੋਲ ਅਗਰ ਇੰਟਰਨੈਟ ਕਨੈਕਸ਼ਨ ਨਹੀਂ ਹੈਗਾ ਜਾਂ ਸਾਡਾ ਇੰਟਰਨੈਟ ਕਨੈਕਸ਼ਨ ਅੱਛਾ ਨਹੀਂ, ਤਾਂ ਉਸ ਟਾਈਮ ਅਸੀਂ ਔਫਲਾਈਨ ਬਲੌਗ ਨੂੰ ਯੂਜ਼ ਕਰ ਲੈਂਦੇ ਹਾਂ। ਠੀਕ ਹੈ, ਚਲੋ ਮੈਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਸਾਈਡ 'ਚ ਕਰਕੇ ਫਿਰ ਤੁਹਾਨੂੰ ਦੱਸਦੀ ਹਾਂ ਕੀ ਹੈ। ਹੁਣ ਇੱਥੇ ਲਿਖਿਆ ਹੈ, ਜੇਕਰ ਤੁਹਾਡੇ ਕੋਲ ਐਕਟਿਵ ਇੰਟਰਨੈਟ ਕਨੈਕਸ਼ਨ ਨਹੀਂ ਹੈ ਤਾਂ ਤੁਸੀਂ ਔਫਲਾਈਨ ਬਲੌਗ ਦੀ ਵਰਤੋਂ ਕਰ ਸਕਦੇ ਹੋ ਜਾਂ ਇੱਕ ਬਲੌਗ ਐਪਲੀਕੇਸ਼ਨ ਬਣਾ ਸਕਦੇ ਹੋ। ਠੀਕ ਹੈ, ਤਾਂ ਮੇਨ ਫੰਡਾ ਇਸ ਦੇ ਵਿੱਚ ਇਹੀ ਹੈ ਕਿ ਅਗਰ ਸਾਡੇ ਕੋਲ ਔਫਲਾਈਨ ਅਗਰ ਸਾਡੇ ਕੋਲ ਇੰਟਰਨੈਟ ਨਹੀਂ ਹੈਗਾ ਤਾਂ ਅਸੀਂ ਔਫਲਾਈਨ ਬਲੌਗ ਦੀ ਯੂਜ਼ ਕਰ ਸਕਦੇ ਹਾਂ। ਹੋਰ ਇਸਦਾ ਕੋਈ ਫੰਡਾਮੈਂਟਲ ਨਹੀਂ ਹੈਗਾ ਕਿ ਜਦੋਂ ਸਾਡੇ ਕੋਲ ਇੰਟਰਨੈਟ ਕਨੈਕਸ਼ਨ ਹੋਵੇਗਾ ਉਦੋਂ ਅਸੀਂ ਆਪਣਾ ਜੋ ਵੀ ਪੋਸਟ ਬਣਾਈ ਹੈ ਉਸਨੂੰ ਪਬਲਿਸ਼ ਕਰ ਪਾਵਾਂਗੇ। ਨੈਕਸਟ ਹੈਗਾ, ਜਦੋਂ ਅਸੀਂ ਕੋਈ ਔਫਲਾਈਨ ਬਲੌਗ ਐਡੀਟਰ ਡਾਊਨਲੋਡ ਕਰਨਾ ਹੈ ਤਾਂ ਸਾਡੇ ਕੋਲ ਤਿੰਨ ਤਰ੍ਹਾਂ ਦੇ ਬਲੌਗ ਮੈਂਸ਼ਨ ਕੀਤੇ ਗਏ ਨੇ, ਜਿਵੇਂ ਕੁਆਨਾ ਅਤੇ ਵਿੰਡੋ ਲਾਈਵ ਰਾਈਟਰ ਹੋ ਗਿਆ ਅਤੇ ਬਲੌਗ ਡੈਸਕ ਹੋ ਗਿਆ। ਇਹ ਤਿੰਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਬਲੌਗ ਯੂਜ਼ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਹੈ। ਜਿਵੇਂ ਕਿ ਇਹਨਾਂ ਨੇ ਕੁਮਾਨਾ ਦੀ ਆਪਾਂ ਨੂੰ ਡੈਫੀਨੇਸ਼ਨ ਦਿੱਤੀ ਹੋਈ ਹੈ ਕਿ ਇੱਕ ਕੁਮਾਨਾ ਸੋਫਟਵੇਅਰ ਹੈ ਜੋ ਉਸਨੂੰ ਅਸੀਂ ਕਿਵੇਂ ਡਾਊਨਲੋਡ ਕਰਾਂਗੇ, ਤਾਂ ਇਹ ਸਾਡੇ ਕੋਲ ਉਸਦਾ URL ਦਿੱਤਾ ਹੋਇਆ ਹੈ ਕੁਮਾਨਾ ਦਾ, ਜਿਸ ਦੇ ਵਿੱਚ ਅਸੀਂ URL ਦੇ ਵਿੱਚ ਜਾ ਕੇ ਉਸਨੂੰ ਡਾਊਨਲੋਡ ਕਰ ਲਾਂਗੇ। ਜਦੋਂ ਉਹ ਡਾਊਨਲੋਡ ਹੋ ਜਾਵੇਗਾ ਫਿਰ ਅਸੀਂ ਕੀ ਕਰਾਂਗੇ, ਉਸਨੂੰ ਚਲਾਉਣਾ ਕਿਵੇਂ ਹੈ। ਠੀਕ ਹੈ, ਕੁਮਾਨਾ ਨੂੰ ਰਨ ਕਿਵੇਂ ਕਰਨਾ ਹੈ, ਉਹ ਵੀ ਸਿੰਪਲ ਫੰਡਾ ਹੈ। ਸਟਾਰਟ ਪ੍ਰੋਗਰਾਮ 'ਤੇ ਕੁਮਾਨਾ ਦੇ ਵਿੱਚ ਜਾ ਕੇ ਕੁਮਾਨਾ ਦਾ ਜੋ ਵੀ ਆਈਕਨ ਹੋਏਗਾ ਉਸ ਦੇ ਉੱਤੇ ਕਲਿੱਕ ਕਰ ਦਾਂਗੇ। ਉਸ ਤੋਂ ਬਾਅਦ ਅਸੀਂ ਕੀ ਕਰਾਂਗੇ, ਇਸ 'ਤੇ ਜੋ ਵੀ ਡੈਸਕਟੋਪ ਆ ਉਸ 'ਤੇ ਕੁਮਾਨਾ ਦੇ ਉੱਤੇ ਜਾ ਕੇ ਡਬਲ ਕਲਿੱਕ ਕਰ ਦਾਂਗੇ। ਕੁਮਾਨਾ ਨੂੰ ਅਸੀਂ ਕਿਵੇਂ ਵਰਤ ਸਕਦੇ ਹਾਂ, ਉਹ ਵੀ ਇੱਥੇ ਇੱਕ URL ਆਪਾਂ ਭਰਾਂਗੇ, ਜੋ ਵੀ ਸਾਡਾ ਬਲੌਗ ਦਾ URL ਹੈ ਉਹ ਅਸੀਂ ਇੱਥੇ ਟਾਈਪ ਕਰ ਦਾਂਗੇ। ਜਿਵੇਂ ਇੱਥੇ ਇਹਨਾਂ ਨੇ ਆਪਾਂ ਨੂੰ ਐਗਜ਼ੈਂਪਲ ਦਿੱਤੀ ਹੈ ਕਿ ਕੁਮਾਨਾ ਨੂੰ ਵਰਤਣ ਤੋਂ ਪਹਿਲਾਂ ਤੁਹਾਨੂੰ ਇੱਕ ਤੁਹਾਡੇ ਕੋਲ ਇੱਕ ਬਲੌਗ ਅਕਾਊਂਟ ਹੋਣਾ ਚਾਹੀਦਾ ਗਾ। ਜਿਵੇਂ ਲਾਸਟ ਦੇ ਵਿੱਚ ਆਪਾਂ ਬਿਜਲੀ ਦਾ ਬਣਾਇਆ ਸੀ ਤਾਂ ਇਹਨਾਂ ਨੇ ਇੱਥੇ ਵਰਡਪ੍ਰੈਸ ਦਾ ਅਕਾਊਂਟ ਲੈ ਲਿਆ ਗਾ। ਵੀ ਮੰਨ ਲਓ ਮੇਰੇ ਕੋਲ ਵਰਡਪ੍ਰੈਸ ਦਾ ਅਕਾਊਂਟ ਹੈਗਾ ਤਾਂ ਮੈਂ ਉਸਦਾ URL ਇੱਥੇ ਟਾਈਪ ਕਰ ਦੂੰਗਾ ਤਾਂ ਕਿ ਉਹ ਆਪਸ ਦੇ ਵਿੱਚ ਲਿੰਕ ਹੋ ਜਾਣ। ਠੀਕ ਹੈ, ਜਦੋਂ ਉਹ ਲਿੰਕ ਹੋ ਜਾਣਗੇ ਫਿਰ ਸਾਡੇ ਕੋਲ ਇੱਕ ਲੌਗਇਨ ਵਿੰਡੋ ਆਏਗੀ ਜਿਸ ਦੇ ਵਿੱਚ ਅਸੀਂ ਆਪਣਾ ਜੋ ਵੀ ਵਰਡਪ੍ਰੈਸ ਦਾ ਅਕਾਊਂਟ ਆ ਉਸਦਾ ਵੇਰਵਾ ਭਰਾਂਗੇ ਤਾਂ ਕਿ ਉਹ ਉਸਦੇ ਨਾਲ ਅਕਾਊਂਟ ਦੇ ਨਾਲ ਪ੍ਰੋਪਰਲੀ ਲਿੰਕ ਹੋ ਜਾਵੇ, ਜਿਸ ਦੇ ਵਿੱਚ ਅਸੀਂ ਆਪਣਾ ਯੂਜ਼ਰ ਨੇਮ ਐਂਡ ਪਾਸਵਰਡ ਦੇਵਾਂਗੇ। ਫਿਰ ਉਸ ਤੋਂ ਬਾਅਦ ਅਸੀਂ ਨੈਕਸਟ 'ਤੇ ਜਾ ਕੇ ਉੱਥੇ ਫਿਨਿਸ਼ 'ਤੇ ਕਲਿੱਕ ਕਰ ਦਾਂਗੇ। ਉਸ ਤੋਂ ਬਾਅਦ ਸਾਡਾ ਜੋ ਬਲੌਗ ਹੈ ਕੁਮਾਨਾ ਦਾ ਉਸਦਾ ਜੋ ਫਸਟ ਪੇਜ ਹੈ ਉਹ ਓਪਨ ਹੋ ਜਾਵੇਗਾ। ਫਿਰ ਉਸ ਤੋਂ ਬਾਅਦ ਕੀ ਕਰਾਂਗੇ, ਅਸੀਂ ਔਫਲਾਈਨ ਹੀ ਇਸਨੂੰ ਉਸਦੇ ਵਿੱਚ ਆਪਣੀ ਕੋਈ ਵੀ ਪੋਸਟ ਨੂੰ ਕ੍ਰੀਏਟ ਕਰਾਂਗੇ। ਫਿਰ ਜਦੋਂ ਪੋਸਟ ਬਣ ਜਾਏਗੀ ਉਸ ਤੋਂ ਬਾਅਦ ਅਸੀਂ ਨਿਊ ਪੋਸਟ ਦੇ ਉੱਤੇ ਜਾ ਕੇ ਕਲਿੱਕ ਕਰਾਂਗੇ। ਠੀਕ ਹੈ, ਕਲਿੱਕ ਕਰਨ ਤੋਂ ਬਾਅਦ ਅਗਰ ਅਸੀਂ ਕੋਈ ਅਮੈਂਡਮੈਂਟ ਕਰਨੀ ਹੈ, ਲਾਈਕ ਅਲਾਈਨਮੈਂਟ ਲਗਾਉਣੀ ਹੈ ਆਪਣੀ ਪੋਸਟ ਦੇ ਉੱਤੇ, ਉਹਨੂੰ ਰਾਈਟ ਲੈਫਟ ਕਰਨਾ ਜਾਂ ਕੋਈ ਬੁਲੇਟ ਪੁਆਇੰਟਸ ਲਗਾਉਣੇ ਨੇ, ਠੀਕ ਹੈ, ਜਾਂ ਕੋਈ ਇਮੇਜ ਲਗਾਉਣੀ ਹੈ, ਤਾਂ ਅਸੀਂ ਇਸ ਦੇ ਵਿੱਚ ਜਾ ਕੇ ਉਹ ਸਭ ਸੈਟਿੰਗਸ ਕਰ ਸਕਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਆਪਾਂ ਨੂੰ ਇਹਨਾਂ ਨੇ ਦੱਸਿਆ ਗਾ ਕਿ ਅਗਰ ਤੁਸੀਂ ਕੋਈ ਤਸਵੀਰ ਨੂੰ ਬਰਾਊਜ਼ ਕਰਨਾ ਹੈ, ਮੀਨਸ ਆਪਣੇ ਸਿਸਟਮ ਦੇ ਵਿੱਚੋਂ ਉਠਾ ਕੇ ਉਸਨੂੰ ਅਪਲੋਡ ਕਰਕੇ ਲਗਾਉਣਾ ਹੈ, ਤਾਂ ਤੁਸੀਂ ਸਭ ਨੂੰ ਪਤਾ ਹੈ ਕਿ ਇੱਕ ਫੋਟੋ ਨੂੰ ਅਸੀਂ ਕਿਵੇਂ ਬਰਾਊਜ਼ ਕਰਦੇ ਹਾਂ, ਉਸਦੀ ਲੋਕੇਸ਼ਨ ਦੇ ਉੱਤੇ ਜਾ ਕੇ ਅਤੇ ਫਿਰ ਉਸ ਤੋਂ ਬਾਅਦ ਉਸਨੂੰ ਅਪਲੋਡ ਕਰ ਲੈਂਦੇ ਹਾਂ। ਠੀਕ ਹੈ, ਨੈਕਸਟ ਐਂਡ ਦਾ ਸਟੈਪ ਕੀ ਹੈ, ਜਦੋਂ ਇਹ ਸਾਰਾ ਕੰਮ ਹੋ ਜਾਏਗਾ ਤਾਂ ਅਸੀਂ ਕੀ ਕਰਨਾ ਹੈ, ਆਪਣੀ ਪੋਸਟ ਨੂੰ ਪਬਲਿਸ਼ ਕਰਨਾ ਹੈ। ਤਾਂ ਪਬਲਿਸ਼ ਕਦੋਂ ਕਰਾਂਗੇ, ਜਦੋਂ ਸਾਡੇ ਕੋਲ ਇੰਟਰਨੈਟ ਕਨੈਕਸ਼ਨ ਹੋਵੇਗਾ। ਠੀਕ ਹੈ, ਤਾਂ ਇਹ ਬਹੁਤ ਹੀ ਆਸਾਨ ਜਿਹਾ ਚੈਪਟਰ ਹੈ, ਕਿਉਂਕਿ ਇਸ ਦੇ ਵਿੱਚ ਸਿਰਫ ਔਫਲਾਈਨ ਇੱਕ ਸੋਫਟਵੇਅਰ ਹੈ ਉਸਨੂੰ ਅਸੀਂ ਡਾਊਨਲੋਡ ਕਰਾਂਗੇ। ਆਫਟਰ ਦੈਟ ਅਸੀਂ ਜੋ ਵੀ ਸਾਡਾ ਐਕਟਿਵ ਬਲੌਗ ਦਾ ਅਕਾਊਂਟ ਹੈ ਉਸਦਾ URL ਫਿਲ ਕਰਕੇ ਆਪਣੀ ਪੋਸਟ ਨੂੰ ਐਡਿਟ ਕਰਾਂਗੇ ਜਾਂ ਨਿਊ ਕ੍ਰੀਏਟ ਕਰਾਂਗੇ। ਉਸ ਤੋਂ ਬਾਅਦ ਉਸਨੂੰ ਅਸੀਂ ਪੋਸਟ ਕਰ ਦਾਂਗੇ ਜਦੋਂ ਸਾਡੇ ਕੋਲ ਇੰਟਰਨੈਟ ਕਨੈਕਸ਼ਨ ਹੋਵੇਗਾ। ਠੀਕ ਹੈ,
ਤਾਂ ਇਹ ਤੁਹਾਡਾ ਨਿੱਕਾ ਜਿਹਾ ਚੈਪਟਰ ਸੀ। ਅੱਗੇ ਇਸ ਦੇ ਵਿੱਚ ਹੈਗਾ ਗਾ ਕੁਸ਼ਚਨ, ਅਗਰ ਮੁਲਿਆਂਕਣ ਦੀ ਗੱਲ ਕਰੀਏ ਤਾਂ ਪਹਿਲਾ ਹੈਗਾ ਇੱਕ ਔਫਲਾਈਨ ਬਲੌਗ ਐਡੀਟਰ ਦੇ ਮਕਸਦ ਨੂੰ ਸਮਝਾਓ। ਠੀਕ ਹੈ, ਇਸ ਦੇ ਵਿੱਚ ਉਹਨਾਂ ਨੇ ਕਿਹਾ ਗਾ ਕਿ ਜੋ ਤੁਹਾਡਾ ਇੱਕ ਔਫਲਾਈਨ ਐਡੀਟਰ ਹੈ, ਬਲੌਗ ਐਡੀਟਰ ਹੈ, ਉਸਦਾ ਮਤਲਬ ਕੀ ਹੈ। ਤਾਂ ਤੁਸੀਂ ਉਸਦਾ ਆਂਸਰ ਇੱਥੋਂ ਲਿਖ ਸਕਦੇ ਹੋ, ਜਦੋਂ ਸਾਡੇ ਕੋਲ ਇੰਟਰਨੈਟ ਕਨੈਕਸ਼ਨ ਨਹੀਂ ਹੁੰਦਾ ਤਾਂ ਉਦੋਂ ਅਸੀਂ ਔਫਲਾਈਨ ਬਲੌਗ ਐਡੀਟਰ ਦੀ ਵਰਤੋਂ ਕਰ ਸਕਦੇ ਹਾਂ। ਠੀਕ ਹੈ, ਐਂਡ ਸੈਕਿੰਡ ਕੁਸ਼ਚਨ ਇਜ਼ ਕਿਸੇ 5 ਔਫਲਾਈਨ ਐਡੀਟਰ ਬਲੌਗ ਐਡੀਟਰ ਦੀ ਸੂਚੀ ਬਣਾਓ। ਠੀਕ ਹੈ, ਤਾਂ ਆਪਣੇ ਕੋਲ 3 ਤਾਂ ਲੈਸਨ ਦੇ ਵਿੱਚ ਹੈਗੇ ਨੇ, ਕੁਮਾਨਾ, ਵਿੰਡੋ ਲਾਈਵ ਰਾਈਟਰ ਐਂਡ ਬਲੌਗ ਡੈਸਕ। ਤਾਂ 2 ਤੁਸੀਂ ਔਨਲਾਈਨ ਸਰਚ ਕਰ ਲਓ, ਨਾਲੇ ਤੁਹਾਡੀ ਨੌਲੇਜ ਵੀ ਵਧੇਗੀ। ਤਾਂ ਆਪਣੇ ਦੋਨੋਂ ਲੈਸਨ ਜੋ ਹੈਗੇ ਆ ਉਹਨਾਂ ਦੇ ਇਹ ਕੁਸ਼ਚਨ ਦੇ ਆਂਸਰ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਸੈਸ਼ਨ ਦੇ ਵਿੱਚ ਮਿਲਾਂਗੇ। ਆਈ ਹੋਪ ਤੁਹਾਨੂੰ ਇਹ ਲੈਸਨ ਸਮਝ ਆ ਗਿਆ ਹੋਵੇਗਾ। ਸੋ ਸੀ ਯੂ ਸਟੂਡੈਂਟਸ, ਟੇਕ ਕੇਅਰ, ਬਾਏ, ਟੇਕ ਕੇਅਰ।